ਦਿੱਲੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਹਾਦਸਾ ਵਾਪਰਦਾ ਹੈ ਇੱਕ ਦੁੱਧ ਦਾ ਕੰਮ ਕਰਨ ਵਾਲੇ ਦੀ ਬੇਟੀ ਜਿਹੜੀ ਦਿੱਲੀ ਜਾ ਕੇ ਪੜ ਰਹੀ ਹੈ ਤੇ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਨਾ ਧੀ ਵਾਪਸ ਆਈ ਤੇ ਨਾ ਉਹ ਅਫਸਰੀ ਆਈ ਸਤਿ ਸ਼੍ਰੀ ਅਕਾਲ ਨਮਸਕਾਰ ਹਾਜ਼ਰ ਹਾਂ ਲੈ ਕੇ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੇ ਮੈਂ ਡਾਕਟਰ ਸਿਮਰਨ ਸਿੱਧੂ ਗੱਲ ਕਰ ਰਹੀਆਂ ਪਤੇ ਦੀ ਗੱਲ ਪਰ ਜਿਹੜੀ ਇਹ ਪਤੇ ਦੀ ਗੱਲ ਹੈ ਇਹ ਦੁਖਦਾਇਕ ਹੈ ਸੰਜੀਦਾ ਹੈ ਅਫਸੋਸ ਵਾਲੀ ਹੈ ਸਾਡੇ ਸਭ ਦੇ ਸੋਚਣ ਵਾਲੀ ਹੈ ਮੇਰੇ ਸੋਚਣ ਵਾਲੀ ਤੁਹਾਡੇ ਸੋਚਣ ਵਾਲੀ ਤੇ ਜਾਂ ਫਿਰ ਇਹ ਕਹਿ ਲੋ ਕਿ ਸਾਡੀਆਂ ਸਾਰੀਆਂ ਪੀੜ੍ਹੀਆਂ ਜਿਹੜੀਆਂ ਪੜ ਸਕਦੀਆਂ ਨੇ ਜਾਂ ਇਹ ਕਹੋ ਕਿ ਜੋ ਹਾਲ ਦੀ ਘੜੀ ਵਾਪਰਿਆ ਉਸ ਤੇ ਬਾਰੇ ਕੁਝ ਗੱਲ ਕਰ ਸਕਦੀਆਂ ਨੇ ਗੱਲ ਆndi ਹੈ ਦਿੱਲੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਹਾਦਸਾ ਵਾਪਰਦਾ ਮੀਂਹ ਬਹੁਤ ਪੈ ਰਿਹਾ ਮੀਂਹ ਦਾ ਪਾਣੀ ਜਿਹੜਾ ਉਹ ਦਰਵਾਜ਼ੇ ਰਾਹੀਂ ਥੱਲੇ ਅੰਡਰਗਰਾਉਂਡ ਬਿਲਡਿੰਗ ਜਿੱਥੇ ਹਾਲ 'ਚ ਬੱਚੇ ਪੜ੍ਹ ਰਹੇ ਸੀ ਉਸ ਦੇ ਵਿੱਚ ਗਸ਼ਗਸ਼ ਕਰਦਾ ਸਾਰਾ ਪਾਣੀ ਕੁਝ ਮਿੰਟਾਂ ਦੇ ਵਿੱਚ 15-15 ਫੁੱਟ ਪਾਣੀ ਆ ਜਾਂਦਾ ਗਲਤੀ ਕੀਤੀ ਹੈ ਨਾਲੀਆਂ ਸਾਫ਼ ਨਹੀਂ ਜੀ ਕਾਰਪੋਰੇਸ਼ਨ ਜਿਹੜੀ ਹੈ ਉਹ ਧਿਆਨ ਨਹੀਂ ਦੇ ਰਹੀ ਨਾਲੀਆਂ ਸਾਫ਼ ਨਹੀਂ ਹੈ ਇਹ ਕਹਿ ਲੋ ਸੀਵਰੇਜ ਸਿਸਟਮ ਸਹੀ ਨਹੀਂ ਚੱਲਦਾ ਤੇ ਉਹ ਪਾਣੀ ਉੱਥੇ ਆ ਗਿਆ 15 ਫੁੱਟ ਦਾ ਨਹੀਂ ਸਿਰਫ ਇੰਨੀ ਗਲਤੀ ਨਹੀਂ ਹੈ ਅੱਜ ਗਲਤੀ ਪੂਰੀ ਦੇਖਾਂਗੇ ਕਿੱਥੋਂ ਤੱਕ ਪਹੁੰਚਦੀ ਹੈ ਇਹ ਜਿਹੜੇ ਬੱਚੇ ਅਫਸਰ ਬਣ ਆਏ ਸੀ ਭਲਾ ਇਹਨਾਂ ਨੂੰ ਕੀ ਲੋੜ ਪੈ ਗਈ ਸੀ ਕਿੰਨਾਂ ਨੇ ਇਹ ਵੱਡੇ ਵੱਡੇ ਅਹੁਦੇ ਲੈਣੇ ਸੀਗੇ ਕਿਉਂਕਿ ਜਦੋਂ ਅਸੀਂ ਪੜ੍ਹਦੇ ਆਂ ਤੇ ਆਉਂਦਾ ਹੈ ਕਿ ਕਿਤੇ ਨਾ ਕਿਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜਾ ਉਹ ਜਵਾਬ ਦੇ ਐ ਕਹਿੰਦੇ ਜੀ ਇਹਨਾਂ ਨੂੰ ਟੈਕਸ ਜ਼ਿਆਦਾ ਨਾ ਦੇਣੇ ਪੈਣ ਜਾਂ ਫਿਰ ਇਹ ਐਕਸਾਈਜ਼ ਦਾ ਜਾਂ ਇਨਕਮ ਟੈਕਸ ਦਾ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਕੋਚਿੰਗ ਸੈਂਟਰ ਨੇ ਇਹ ਕਿਤੇ ਨਾ ਕਿਤੇ ਉੱਤੇ ਥੱਲੇ ਕੰਮ ਕਰ ਜਾਂਦੇ ਨੇ ਤੇ ਫਿਰ ਇਨਕਮ ਟੈਕਸ ਕਮਿਸ਼ਨਰ ਵੀ ਵਿੱਚ ਆ ਜਾਂਦਾ ਕੀ ਗੱਲ ਇਹ ਯੂਪੀਐਸਸੀ ਰਾਹੀਂ ਨਹੀਂ ਆਉਂਦੇ ਅਫਸਰ ਬਣ ਕੇ ਕਿ ਇਹ ਸੱਚੇ ਸੁੱਚੇ ਨਹੀਂ ਕਿਉਂ ਬੱਚੇ ਕਹਿੰਦੇ ਨੇ ਹੁਣ ਸਾਡੇ ਕੋਲ ਐਡਮਿਸ਼ਨ ਲੈਣਾ ਆਉਂਦੇ ਆ ਤੇ ਬੱਚੇ ਕਹਿੰਦੇ ਕਿ ਅਸੀਂ ਤਿਆਰੀ ਕਾਦੀ ਕਰਨੀ ਹੈ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨੀ ਬਈ ਕਰੋ ਪਰ ਤੁਸੀਂ ਜਿਹੜੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨੀ ਆ ਉਹ ਕਿਉਂ ਕਰਨੀ ਆ ਤੇ ਕਿੱਥੇ ਕਰਨੀ ਆ ਕਿਉਂ ਦਿੱਲੀ 'ਚ ਹੀ ਸਾਰੀ ਤਿਆਰੀ ਹੁੰਦੀ ਆ ਤੇ ਫਿਰ ਇਕਦਾਂ ਹੀ ਆਉਂਦਾ ਕਿ ਪੇਪਰ ਲੀਕ ਹੋ ਗਿਆ ਨੀਟ ਦਾ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਤੇ ਕਿਹੜੀਆਂ ਸਟੇਟਸ ਨੇ ਜਿਹੜੀਆਂ ਵਿੱਚ ਕਿਤੇ ਨਾ ਕਿਤੇ ਅਖਬਾਰਾਂ ਦੀਆਂ ਸੁਰਖੀਆਂ 'ਚ ਆ ਜਾਂਦੀਆਂ ਨੇ ਕਿ ਪੇਪਰ ਲੀਕ ਹੋ ਗਿਆ ਦਿੱਲੀ ਦੇ ਵਿੱਚ ਹੀ ਸਿਰਫ ਇਹ ਵੀ ਇੱਕ ਸਵਾਲ ਆ ਜਿਹੜਾ ਮੈਂ ਸ਼ੁਰੂ ਚ ਕਿਹਾ ਸੀ ਨਾ ਤੁਹਾਡੇ ਲਈ ਮੇਰੇ ਲਈ ਸਵਾਲ ਹੈ ਕੀ ਗੱਲ ਦਿੱਲੀ ਦੇ ਵਿੱਚ ਹੀ ਸਾਰੇ ਐਕਸਪਰਟ ਬੈਠੇ ਨੇ ਜਿਹੜੇ ਸਾਡੇ ਬੱਚਾ ਨੂੰ ਪੜ੍ਹਾਉਣਗੇ ਕੀ ਸਾਡੇ ਬੱਚੇ ਇੰਟਰਨੈਟ ਦੇ ਦੌਰ ਚ ਮੋਬਾਈਲ ਦੇ ਦੌਰ ਦੇ ਵਿੱਚ ਆਪਣੇ ਘਰ ਬੈਠ ਕੇ ਜਾਂ ਆਪਣੇ ਘਰ ਦੇ ਨੇੜੇ ਦੇ ਇੰਸਟੀਚਿਊਟ ਜਾਂ ਕਿਸੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਦੀ ਪਹੁੰਚ ਨਹੀਂ ਰਹਿੰਦੀ ਕੀ ਇੱਕ ਦੁੱਧ ਦਾ ਕੰਮ ਕਰਨ ਵਾਲੇ ਦੀ ਬੇਟੀ ਜਿਹੜੀ ਦਿੱਲੀ ਜਾ ਕੇ ਪੜ ਰਹੀ ਹੈ ਤੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਨਾ ਧੀ ਵਾਪਸ ਆਈ ਤੇ ਨਾ ਉਹ ਅਫਸਰ ਹੀ ਆਈ ਕਿਉਂ ਅਫਸਰ ਬਣਨਾ ਚਾਹੁੰਦੀ ਸੀ ਕੀ ਉਹਨੇ ਆਪਣੇ ਪਰਿਵਾਰ ਲਈ ਕਰ ਦੇਣਾ ਸੀ ਕਿਹੜੀਆਂ ਮਜਬੂਰੀਆਂ ਉਹਨੇ ਪਰਿਵਾਰ ਦੀਆਂ ਦੇਖੀਆਂ ਸੀ ਕਿ ਉਹ ਇੱਕ ਵੱਡੀ ਕੁਰਸੀ ਤੇ ਬੈਠਦੀ ਤੇ ਸ਼ਾਇਦ ਤਾਂ ਹੀ ਉਹ ਮਜਬੂਰੀਆਂ ਜਿਹੜੀਆਂ ਸੀ ਉਹ ਦੂਰ ਹੋਣੀਆਂ ਸੀ ਇਮਾਂ ਪਿਓ ਦੇ ਵੀ ਸੋਚਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਿਹੜੀ ਹੱਦ ਵਿਧਾਈ ਹੈ ਕਿ ਉਹਨਾਂ ਨੇ ਜ਼ਿੰਦਗੀ ਚ ਕੀ ਕਰਨਾ ਹੈ ਸਿਰਫ ਵੱਡੇ ਵੱਡੇ ਅਫਸਰ ਹੀ ਬਣਨਾ ਕੀ ਹੋਰ ਰਾਹ ਰਸਤੇ ਨਹੀਂ ਤੇ ਜਾਂ ਫਿਰ ਇਹ ਸੋਖਾ ਲੱਗਦਾ ਹੈ ਕਿ ਉਥੋਂ ਆਪਣੇ ਪਿੰਡੋਂ ਉੱਠ ਕੇ ਤੇ ਦੂਸਰਿਆਂ ਵੱਡੇ ਸ਼ਹਿਰ ਚ ਜਾ ਕੇ ਪੜ੍ਹਾਈ ਸਾਡੀ ਜ਼ਿਆਦਾ ਵਧੀਆ ਹੋ ਜਾਏਗੀ ਇਥੇ ਨਾ ਭੁੱਲਣਾ ਘਰ ਦੇ ਖਰਚੇ ਵੀ ਬਹੁਤ ਹੁੰਦੇ ਨੇ ਕੋਚਿੰਗ ਸੈਂਟਰਸ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਹੁਣ ਤੇ ਪੂਰੇ ਭਾਰਤ ਚ ਕੋਈ ਇੱਟ ਪੁੱਟਿਆਂ ਕੋਚਿੰਗ ਸੈਂਟਰ ਲੱਭਦੇ ਆ ਕੋਈ ਚੌਥੀ ਮੰਜ਼ਲ ਤੇ ਹੈ ਤੇ ਕੋਈ ਅੰਡਰਗਰਾਉਂਡ ਹੈ ਜਿਹਦੇ ਵਿੱਚ ਹਾਦਸਾ ਵਾਪਰਿਆ ਬੜੇ ਬੜੇ ਵੱਡੇ ਕੋਚਿੰਗ ਸੈਂਟਰ ਨੇ ਤੇ ਕਿਹਾ ਜਾਂਦਾ ਹੈ ਕਿ ਇਹ ਗੈਸ ਚੈਂਬਰਾਂ ਵਾਂਗੂ ਹੀ ਕਿਤੇ ਨਾ ਕਿਤੇ ਬਣੇ ਨੇ ਇਹ ਮੈਂ ਪੜ ਰਹੀ ਸੀ ਅੱਜ ਦੀ ਅਖਬਾਰ ਦੇ ਵਿੱਚ ਹੀ ਸੰਪਾਦਕੀ ਚ ਇਹ ਸ਼ਬਦ ਦਾ ਜ਼ਿਕਰ ਕੀਤਾ ਗਿਆ ਅਖਬਾਰ ਦੀ ਤੇ ਕਿਹਾ ਗਿਆ ਕਿ ਸਾਲ 2022 ਦੇ ਅਨੁਮਾਨਾਂ ਮੁਤਾਬਕ ਭਾਰਤ ਵਿੱਚ ਕੋਚਿੰਗ ਉਦਯੋਗ 58000 ਕਰੋੜ ਰੁਪਏ ਦਾ ਹੈ ਤੇ 2028 ਵਿੱਚ 1.3 ਲੱਖ ਕਰੋੜ ਦਾ ਇਹਨੇ ਹੋ ਜਾਣਾ ਹੈ ਤੇ ਫਿਰ ਸਾਡੀਆਂ ਯੂਨੀਵਰਸਟੀਆਂ ਸਾਡੇ ਸਰਕਾਰੀ ادارے ਇਹ ਕਿੱਥੇ ਜਾਣਗੇ ਇੱਥੇ ਟ੍ਰੇਨਿੰਗ ਕਦੋਂ ਮਿਲਣੀ ਸ਼ੁਰੂ ਹੋਏਗੀ ਤੇ ਇਹਦੇ ਮਾਪਦੰਡ ਕਦੋਂ ਇਹ ਕੋਚਿੰਗ ਸੈਂਟਰਾਂ ਨੂੰ ਥੱਲੇ ਪਿੱਛੇ ਛੱਡ ਜਾਣਗੇ ਇਹ ਹਾਦਸੇ ਨਾ ਹੋਣ ਕੀ ਸਾਨੂੰ ਸੇਤ ਜ਼ਰੂਰੀ ਨਹੀਂ ਇਹ ਬੱਚੇ ਜਾ ਕੇ ਪੀਜੀਆਂ ਚ ਰਹਿੰਦੇ ਨੇ ਉੱਥੇ ਜਾਂ ਇਹੋ ਜੀ ਜਗ੍ਹਾ ਤੇ ਰਹਿੰਦੇ ਆ ਜਿੱਥੇ ਸੇਤ ਹੁੰਦਾ ਵੀ ਸਹੀ ਨਹੀਂ ਕੀ ਮਾਪੇ ਨੂੰ ਬੱਚੇ ਲੋੜਿੰਦੇ ਆ ਕਿ ਜਾਂ ਫਿਰ ਵੱਡੀਆਂ ਵੱਡੀਆਂ ਕੁਰਸੀਆਂ ਉਹ ਕੁਰਸੀਆਂ ਜਿਹੜੀਆਂ ਅੱਜ ਜਿੰਨਾ ਤੇ ਸਵਾਲੀਆ ਨਿਸ਼ਾਨੀ ਆ ਉਹ ਵੀ ਇਹੀ ਇਮਤਿਹਾਨ ਪਾਸ ਕਰਕੇ ਆਈਆਂ ਨੇ ਪਰ ਸਵਾਲੀਆ ਨਿਸ਼ਾਨ ਹੈ ਉਹਨਾਂ ਦੇ ਉੱਤੇ ਕੀ ਅਸੀਂ ਆਪਣੇ ਬੱਚੇ ਕਿਉਂ ਚਾਹੁੰਨੇ ਆ ਕਿ ਉਹ ਰਾਤੋਂ ਰਾਤ ਕੁਝ ਨਾ ਕੁਝ ਕਰ ਜਾਣ ਬਣ ਜਾਣ ਅਸੀਂ ਕਿਉਂ ਸਟ्रेस ਦੇ ਰਹੇ ਆ ਬੱਚਿਆਂ ਨੂੰ ਕਿਉਂ ਇਹ ਨਹੀਂ ਸੋਚਦੇ ਕਿ ਜਿਹੜੇ ਬੱਚੇ ਜੇ ਟੈਸਟ ਨਹੀਂ ਕਲੀਅਰ ਕਰ ਪਾਉਂਦੇ ਜਦੋਂ ਉਹਨਾਂ ਦਾ ਟੈਸਟ ਕਲੀਅਰ ਨਹੀਂ ਹੁੰਦਾ ਮਾਫ ਕਰਨਾ ਬਹੁਤ ਸਾਰੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਮੈਂ ਇਸ ਕਰਕੇ ਸੰਜੀਦਾ ਗੱਲ ਕੀਤੀ ਹੈ ਆਓ ਰਲ ਕੇ ਸੋਚੀਏ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਆਪਣੇ ਲਈ ਪੈਦਾ ਕੀਤਾ ਜਾਂ ਅਸੀਂ ਉਹਨਾਂ ਨੂੰ ਇੰਨਾ ਪ੍ਰੈਸ਼ਰਾਈਜ਼ ਕਰਦੇ ਆ ਕਿ ਉਹ ਆਪਣੇ ਮਾਂ ਬਾਪ ਨੂੰ ਖੁਸ਼ ਵੇਖਣ ਲਈ ਜਾਂ ਫਿਰ ਆਪਣੇ ਮਾਂ ਬਾਪ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਹ ਆਪਣਾ ਘਰਬਾਰ ਛੱਡ ਕੇ ਦੂਰ ਜਾਂਦੇ ਨੇ ਔਰੇ ਭੁੱਲ ਜਾਂਦੇ ਨੇ ਕਿ ਉੱਥਾਂ ਦੀਆਂ ਸਹਤ ਸੁਲਤਾ ਉਹਨਾਂ ਲਈ ਸਹੀ ਹੈ ਤੇ ਜਾਂ ਫਿਰ ਇਹ ਕਹਿ ਲੋ ਕਿ ਕੋਈ ਹੋਰ ਉਹਨਾਂ ਨੂੰ ਉੱਥੇ ਲੁਭਾਉਣੇ ਅਫਸਰ ਮਿਲ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਦੁਨੀਆ ਜ਼ਿਆਦਾ ਬਿਹਤਰ ਹੈ ਤੇ ਪੜ੍ਹਾਈ ਜ਼ਿਆਦਾ ਵਧੀਆ ਹੋ ਸਕਦੀ ਹੈ ਮੈਂ ਬਹੁਤਾਂ ਤੇ ਗਲਤ ਹੋ ਸਕਦੀ ਹੈ ਮੇਰੀ ਸੋਚ ਗਲਤ ਹੋ ਸਕਦੀ ਹੈ ਪਰ ਸੋਚਣ ਦੀ ਲੋੜ ਬਹੁਤ ਹੈ ਉਹ ਬੱਚੇ ਵਾਪਸ ਨਹੀਂ ਆਏ ਸਾਨੂੰ ਸੋਚਣ ਦੀ ਲੋੜ ਹੈ ਸਬਰ ਤੇ ਸਦਕ ਦੀ ਗੱਲ ਬਹੁਤ ਜ਼ਰੂਰੀ ਹੈ